ਪੰਜਾਬ ਦੀ ਰਾਜਨੀਤੀ ਦੇ ਮੋੜ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਕੋਲੋਂ ਤਾਂ ਉਹਨਾਂ ਦੀ ਦੇ ਇੱਥੇ ਰੱਖੀ ਹੋਈ ਹੈ ਅੰਤਮ ਦਰਸ਼ਨਾਂ ਦੇ ਲਈ। ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਉਹਨਾਂ ਦੇ ਉੱਪਰ ਪਾਇਆ ਹੋਇਆ। ਬਿਕਰਮਜੀਤ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ ਸਮੇਤ ਤਮਾਮ ਸਿਆਸਤਦਾਨ ਸਵਾਗਤ ਵੀ ਕਰਦੇ ਹੋਏ ਔਰ ਤਮਾਮ ਸਿਆਸਤਦਾਨ ਜੋ ਨਜ਼ਰ ਆ ਰਹੇ ਨੇ ਖੜ੍ਹੇ ਭਿੱਜੀਆਂ ਅੱਖਾਂ ਦੇ ਨਾਲ ਉਹਨਾਂ ਦੇ ਚੋਣ ਵਾਲੇ ਅੰਤਮ ਦਰਸ਼ਨਾਂ ਦੇ ਲਈ ਪਹੁੰਚ ਰਹੇ ਨੇ। ਤਾਂ ਸੁਖਬੀਰ ਸਿੰਘ ਬਾਦਲ ਹੋਣਾ ਦਾ ਬੇਟਾ ਅਨੰਤਵੀਰ ਸਿੰਘ, ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ, ਉਹ ਵੀ ਖੜ੍ਹੇ ਨਜ਼ਰ ਆ ਰਹੇ ਨੇ। ਬਹੁਤ ਘੱਟ ਮੌਕੇ ਹੁੰਦੇ ਆ ਜਿੱਥੇ ਪਹਿਲਾਂ ਨਜ਼ਰ ਆਏ, ਪਰ ਹੁਣ ਸ਼ਾਇਦ ਐਕਟਿਵ ਵੀ ਹੋਣ ਸਿਆਸਤ ਦੇ ਵਿੱਚ, ਔਰ ਇਹ ਤਾਂ ਅਜੇ ਕੁਝ ਨਹੀਂ ਪਤਾ। ਪਰ ਅਨੰਤਵੀਰ ਸਿੰਘ ਆਪਣੇ ਦਾਦਾ ਜੀ ਤੋਂ ਇਹ ਦੱਸਿਆ ਜਾਂਦਾ ਕਿ ਕਾਫੀ ਚੀਜ਼ਾਂ ਉਹਨਾਂ ਨੇ ਸਿੱਖੀਆਂ ਵੀ, ਉਹਨਾਂ ਦੇ ਨਾਲ ਰਹੇ ਵੀ, ਕਿਉਂਕਿ ਇੱਕ ਦਾਦੇ ਤੇ ਪੋਤੇ ਦਾ ਖਾਸ ਰਿਸ਼ਤਾ ਹੁੰਦਾ। ਇੱਕ ਆਪਸ ਦੇ ਵਿੱਚ ਦਾਦੇ ਪੋਤੇ ਦੇ ਰਿਸ਼ਤੇ 'ਚ ਜਿਹੜਾ ਪਿਆਰ ਹੁੰਦਾ ਉਹ ਵੱਖਰਾ ਹੀ ਹੁੰਦਾ। ਜਿਹੜੀਆਂ ਚੀਜ਼ਾਂ ਆਪਣੇ ਦਾਦੇ ਤੋਂ ਪੋਤਾ ਸਿੱਖਦਾ ਉਹ ਚੀਜ਼ਾਂ ਹੋਰ ਕਿਸੇ ਰਿਸ਼ਤੇ ਦੇ ਵਿੱਚੋਂ ਨਹੀਂ ਸਿੱਖੀਆਂ ਜਾ ਸਕਦੀਆਂ, ਜਾਂ ਕੋਈ ਹੋਰ ਇਹੋ ਜਿਹਾ ਰਿਸ਼ਤਾ ਨਹੀਂ ਹੈ। ਇੱਕ ਆਪਸ ਦੇ ਵਿੱਚ ਪਿਆਰ, ਆਪਣਤ ਜੋ ਹੁੰਦਾ ਹੈ ਦਾਦੇ ਪੋਤੇ ਦੇ ਰਿਸ਼ਤੇ ਦੇ ਵਿੱਚ, ਉਹ ਸਾਫ ਝਲਕਦਾ ਨਜ਼ਰ ਆ ਰਿਹਾ। ਅਨੰਤਵੀਰ ਹੁਣੀ ਖੜ੍ਹੇ ਨੇ, ਤਸਵੀਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਰੱਖੀ ਹੋਈ ਨਜ਼ਰ ਆ ਰਹੀ ਹੈ। ਜਿਨ੍ਹਾਂ ਲੋਕਾਂ 'ਤੇ ਉਹਨਾਂ ਦੇ ਅਹਿਸਾਨ ਰਹੇ, ਜਾਂ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੇ ਬਣਾਇਆ, ਜਾਂ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੇ ਰਾਜਨੀਤੀ ਸਿਖਾਈ, ਜਿਨ੍ਹਾਂ ਲੋਕਾਂ ਨੂੰ ਉਹ ਸਿਆਸਤ ਦੇ ਵਿੱਚ ਲੈ ਕੇ ਆਏ, ਉਂਗਲੀ ਫੜ ਕੇ ਸਿਆਸਤ ਕਰਨੀ ਸਿਖਾਈ, ਉਹ ਲੋਕ ਜ਼ਰੂਰ ਰੋਂਦੇ ਹੋਏ, ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਨੇ। ਭਾਵੇਂ ਉਹਨਾਂ ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਹੋਣ ਜਾਂ ਹੋਰ ਵੀ ਕਈ ਸਿਆਸੀ ਆਗੂ, ਸਾਹਮਣੇ ਦਲਜੀਤ ਸਿੰਘ ਚੀਮਾ ਵੀ ਖੜ੍ਹੇ ਨਜ਼ਰ ਆ ਰਹੇ ਆ, ਔਰ ਤਮਾਮ ਲੋਕ ਆ ਰਹੇ ਆ ਅੰਤਮ ਦਰਸ਼ਨਾਂ ਦੇ ਲਈ। ਸੁਖਬੀਰ ਸਿੰਘ ਬਾਦਲ ਲੈ ਕੇ ਆਏ ਉਹਨਾਂ ਦੀ ਮ੍ਰਿਤਕ ਦੇਹ ਨੂੰ, ਆਪਣੇ ਪਿਤਾ ਜੀ ਦੀ ਮ੍ਰਿਤਕ ਦੇਹ ਨੂੰ, ਔਰ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਵੀ ਉਸ ਪਾਸੇ ਬੈਠੇ ਨਜ਼ਰ ਆ ਰਹੇ ਨੇ। ਔਰ ਮਨਪ੍ਰੀਤ ਬਾਦਲ, ਸੁਖਬੀਰ ਸਿੰਘ ਬਾਦਲ ਸਮੇਤ ਤਮਾਮ ਘਰੇਲੂ ਮੈਂਬਰ, ਰਿਸ਼ਤੇਦਾਰ ਅਤੇ ਹੋਰ ਕਰੀਬੀ ਲੋਕ ਜਿਹੜੇ ਨਾਲ ਖੜ੍ਹੇ ਨਜ਼ਰ ਆ ਰਹੇ ਨੇ, ਨਾਲ ਬੈਠੇ ਸਾਹਮਣੇ ਨਜ਼ਰ ਆ ਰਹੇ ਆ। ਕੀਰਤਨ ਚੱਲ ਰਿਹਾ ਹੈ ਔਰ ਇਸ ਪਾਸੇ ਦੀ ਜਿਹੜੀ ਤਸਵੀਰ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਦਰ ਸਤਿਕਾਰ ਜੋ ਲੋਕ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਕਰਦੇ ਸੀ, ਉਹ ਉਹਨਾਂ ਦੇ ਨਾਲ ਨਾਲ ਹੋਰ ਤਮਾਮ ਲੋਕ ਜਿਨ੍ਹਾਂ ਨੂੰ ਸਦਮਾ ਲੱਗਿਆ ਉਹ ਪਹੁੰਚ ਰਹੇ ਨੇ ਔਰ ਇਸ ਬੰਨੇ ਮਿਲਦੇ ਹੋਏ ਨਜ਼ਰ ਆ ਰਹੇ ਨੇ ਅਨੰਤਵੀਰ ਹੋਣਾ ਨੂੰ ਵੀ। ਤਾਂ ਇਹ ਤਸਵੀਰ ਜਿਹੜੀ ਸਾਫ਼ ਦੇਖੀ ਜਾ ਸਕਦੀ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੁਛ ਹੀ ਦੇਰ ਬਾਅਦ ਪਹੁੰਚ ਰਹੇ ਨੇ। ਬਿਕਰਮ ਸਿੰਘ ਮਜੀਠੀਆ ਸਮੇਤ ਤਮਾਮ ਲੋਕ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ। ਤਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਦੇਹਾਂਤ ਹੋਇਆ ਔਰ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੀ ਰਾਜਨੀਤੀ ਦੇ ਬਾਬਾ ਬੌੜ ਕਹੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਦੇਹਾਂਤ ਹੋਇਆ। ਤਾਂ ਜਿਨ੍ਹਾਂ ਦਾ ਜਿਨ੍ਹਾਂ 'ਤੇ ਅਹਿਸਾਨ ਰਹੇ ਜਾਂ ਜਿਨ੍ਹਾਂ ਲੋਕਾਂ ਦੀ ਮਦਦ ਕਦੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਕੀਤੀ ਜਾਂ ਜਿਨ੍ਹਾਂ ਨੂੰ ਸਿਆਸਤ ਕਰਨੀ ਸਿਖਾਈ, ਉਹ ਤਮਾਮ ਲੋਕ ਭਿੱਜੀਆਂ ਅੱਖਾਂ ਦੇ ਨਾਲ ਅੰਤਮ ਦਰਸ਼ਨ ਕਰਨ ਦੇ ਲਈ ਪਹੁੰਚ ਰਹੇ ਆ।